ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਰੋਸਕੋ ਨੂੰ ਬੰਨ ਦਈਏ। ਆ ਜਾ ਇੱਥੇ ਬੰਨ ਦਿੰਦੇ ਹਾਂ ਬਈ, ਨਾਲੇ ਇੱਥੇ ਸੰਡੇ ਵਧੀਆ ਥਾਂ 'ਤੇ ਬੈਠਾ ਰਹੋ, ਨਿੱਘੇ ਥਾਂ ਬੋਰੀ ਦੇ ਉੱਪਰ। ਰੋਸਕੋ ਉੱਥੇ ਬੋਰੀ 'ਤੇ ਬਹਿ ਜਾ। ਅਤੇ ਇੱਧਰ ਸਵੇਰ ਦਾ ਮੀਂਹ ਪੈਣ ਡਿਆ ਵਾ ਅਤੇ ਕਿਣ ਮਿਣ ਹੋਣ ਡਈ ਪੂਰੀ, ਦੇਖੋ। ਦੇਖੋ ਮਤਲਬ ਤੇਜ਼ ਨਹੀਂ ਪੈਂਦਾ ਇੰਨਾ ਇੰਨਾ, ਥੋੜ੍ਹਾ ਥੋੜ੍ਹਾ ਕਿਣ ਮਿਣ ਪਈ ਜਾਂਦੀ ਆ, ਗਿੱਲਾ ਹੋਇਆ ਹੋਇਆ ਥਾਂ। ਅਤੇ ਹੁਣ ਜਾਣਾ ਸੀਗਾ ਜਿੰਮ, ਮੈਂ ਕਿਹਾ ਚਲੋ ਜੇ ਬਣ ਸਕਿਆ ਜਿੰਮ 'ਚ ਵੀ ਆਪਾਂ ਵਲੌਗ ਬਣਾਵਾਂਗੇ। ਅਤੇ ਅੱਜ ਲਾਪਰੀ ਉਹਨਾਂ ਨੇ ਆ ਜਾਣਾ, ਸ਼ਾਮ ਨੂੰ ਤੁਰਨਗੇ, ਰਾਤ ਨੂੰ ਹੀ ਆਉਣਗੇ। ਬਾਹਰ ਮੀਂਹ ਪੈਂਦਾ ਪਿਆ, ਅੰਦਰ ਸਾਰੇ ਜਾਣੇ ਸੁੱਤੇ ਹੋਏ। ਇੱਥੇ ਸੌਂਦੀ ਆ ਰੋਜ਼ ਹੀ, ਪਤਾ ਨਹੀਂ ਮੰਮੀ ਨੂੰ ਵਧੀਆ ਲੱਗਦਾ ਥੱਲੇ ਪੈਣਾ ਹੀ। ਅਤੇ ਅਸੀਂ ਅੰਦਰ ਬਈ, ਬਾਹਰ ਨਾ ਮੀਂਹ ਵਾਧੂ ਪੈ ਕੇ ਹਟਿਆ, ਦੇਖ ਲਓ ਹੁਣ ਤਾਂ ਚਲੋ ਹਟ ਗਿਆ ਵਾ ਇੱਕ ਵਾਰੀ। ਅਤੇ ਅਸੀਂ ਜਿੰਮ ਲਾ ਕੇ ਆਏ ਸੀਗੇ, ਤਾਂ ਹਜੇ ਚਲੋ ਬੱਦਲ ਉੱਤੇ ਵਾਧੂ ਆ ਹਜੇ ਵੀ, ਹੈ ਨਾ ਬੱਦਲ, ਕੋਈ ਪਤਾ ਨਹੀਂ ਪੈ ਜੇ ਮੀਂਹ। ਕੱਲ੍ਹ ਆ 90% ਅਤੇ ਅੱਜ ਹੈਗਾ 20% ਹੁਣ, ਪਰ ਪੈ ਕੇ ਹਟ ਗਿਆ ਇੱਕ ਵਾਰੀ, ਕਿਣ ਮਿਣ ਹੋ ਗਈ ਵਾਧੂ। ਫਿਰ ਤਾਂ ਪੈਣ ਡਿਆ ਸੀ, ਹੁਣ ਬੰਦ ਹੋਇਆ। ਪੈਣ ਡਿਆ, ਮੈਂ ਸੋਚਿਆ ਵੀ ਕੈਂਪਿੰਗ ਕਰ ਲਈਏ, ਅਤੇ ਬਾਕੀ ਸਮਾਨ ਜਿਹੜਾ ਆ ਥੋੜ੍ਹਾ ਖਰਾਬ ਹੋ ਗਿਆ, ਇਹਨੂੰ ਖੋਲ੍ਹ ਕੇ ਸੈੱਟ ਕਰਨਾ ਪੈਣਾ। ਦੇਖੋ ਅੰਦਰੋਂ ਟੁੱਟ ਗਿਆ ਹੈ, ਹਿੱਲੀ ਜਾਂਦਾ, ਫ੍ਰੀ ਹੋ ਗਿਆ ਮਤਲਬ ਹਿੱਲੀ ਜਾਂਦਾ ਇਹ। ਮੀਂਹ ਪੈਣ ਡਿਆ, ਕਿਣ ਮਿਣ ਹੋਣ ਡਿਆ ਸੀ ਬੜੀ ਵਧੀਆ। ਅਤੇ ਇੱਥੇ ਰੋਸਕੋ ਦੇਖੋ ਸੋ ਹਟਿਆ, ਮੈਂ ਸੋਚਿਆ ਵੀ ਆਪਾਂ ਇੱਥੇ ਬਾਹਰ ਮੰਜਾ ਡਾਲ ਕੇ ਇੱਥੇ ਆਪਾਂ ਖਾਵਾਂਗੇ। ਅੱਜ ਸਬਜ਼ੀ ਬਣੀ ਆ ਗੋਭੀ ਦੀ, ਹਾਂ ਵਧੀਆ ਨਿਕਲ ਆਇਆ ਮੰਮੀ ਸੂਰ 'ਚ, ਇੱਥੇ ਬਹਿੰਦੇ ਅੱਜ ਨਜ਼ਾਰੇ ਨਾ ਬਈ। ਹੁਣ ਅਸੀਂ ਖਾਂਦੇ ਪਏ ਹਾਂ ਗੋਭੀ ਦੀ ਸਬਜ਼ੀ ਨਾਲ ਰੋਟੀ, ਅਤੇ ਫਿਰ ਬੱਦਲ ਚਾੜ ਆਇਆ ਹੁਣ। ਇੱਥੇ ਦੇਖੋ ਸੂਰਜ ਨਿਕਲਿਆ, ਇਹ ਬੱਦਲ ਫਿਰ ਆ ਗਿਆ, ਬੱਦਲ ਆਈ ਜਾਂਦਾ ਜਾਈ ਜਾਂਦਾ। ਅਤੇ ਇੱਥੇ ਮੈਂ ਵੀ ਚਲੋ ਹੁਣ ਆਪਾਂ ਰੋਟੀ ਖਾ ਲਈਏ, ਅਤੇ ਬਾਅਦ 'ਚ ਆਪਾਂ ਰੋਸਕੋਣ ਵੀ ਦੇਣੀ। ਉਹ ਦੇਖੋ ਬੈਠਾ, ਇਹਨੂੰ ਨਵਾਉਣਾ ਵੀ ਆ, ਅਤੇ ਉਹ ਟਾਈਮ ਨਹੀਂ ਲੱਗਾ ਹੁਣ, ਹੁਣ ਨਹੀਂ ਨਵਾਉਣਾ, ਨਵਾਵਾਂਗੇ। ਹੁਣ ਅਸੀਂ ਚੱਲੇ ਹਾਂ ਪੱਠੇ ਲੈਣ ਮੋਟਰ 'ਤੇ, ਤੋਰ ਬਈ। ਚਲੋ ਹੁਣ ਆਪਾਂ ਪੱਠੇ ਲੈ ਆਈਏ ਬਈ, ਰੇੜਾ ਆਵੇ ਲੈ ਗਏ ਆਪਾਂ। ਮੌਸਮ ਬੜਾ ਘੈਂਟ ਯਾਰ ਬਣਿਆ ਹੋਇਆ, ਇੱਥੇ ਮੋਟਰ 'ਤੇ ਆਣ ਕੇ ਤਾਂ ਮਜ਼ਾ ਹੀ ਆ ਜਾਂਦਾ, ਸਕੂਨ ਹੀ ਵੱਖਰਾ ਵਾ ਬਈ। ਉੱਤੋਂ ਐਂਡ ਮੌਸਮ ਬਣਿਆ ਹੋਇਆ ਦੇਖੋ, ਐਨ ਘੈਂਟ। ਵੱਡੇ ਵੱਡਣ ਆਏ ਸੀਗੇ, ਨਾਲੇ ਚਲੋ ਬਹਿ ਬੂ ਕੇ ਜਾਵਾਂਗੇ ਮਜ਼ੇ ਲੈ ਕੇ। ਤੋਤੇ ਆਣ ਕੇ ਨਾ ਉਹ ਖਾਂਦੇ ਆ ਦੂਸਰਾ, ਅੱਜ ਤੁਹਾਨੂੰ ਫਿਰ ਵਿਖਾਉਣੇ ਆ, ਮਤਲਬ ਦੂਸਰੀਆਂ ਡਕੋਨੀਆਂ ਖਾਂਦੇ, ਮਿੱਠੀਆਂ ਹੁੰਦੀਆਂ ਨਾ ਵਿੱਚੋਂ। ਓ ਬੈਠਾ ਦੇਖੋ ਡਕੋਨੀਆਂ ਖਾਂਦਾ ਪਿਆ, ਇੱਥੇ ਨਾ ਰਿਫਲੈਕਸ਼ਨ ਜੀ ਆ ਜਾਂਦੀ ਧੁੱਪ ਦੀ, ਨਹੀਂ ਤਾਂ ਤੁਹਾਨੂੰ ਹਰਾ ਹਰਾ ਦਿਖਣਾ ਸੀ ਤੋਤਾ। ਓ ਦੀਦਾ ਪੈਣਾ, ਧਿਆਨ ਨਾਲ ਦੇਖੋ ਜੇ ਪਾਸੇ ਮੈਂ ਸ਼ੋਟ ਲੈਣ ਆਇਆ ਵਾਂ। ਦੇਖੋ ਬਈ ਕਿੱਡਾ ਸੋਹਣਾ ਲੱਗਦਾ ਯਾਰ ਤੋਤਾ, ਦੇਖੋ ਖਾਂਦਾ ਪਿਆ ਡਕੋਨੀਆਂ। ਓ ਦੇਖੋ ਕਿਵੇਂ ਹੈ, ਮਿੱਠੀ ਲੱਗਦੀ ਹੋਣੀ ਨਾ ਇਹਨਾਂ ਨੂੰ। ਹੁਣ ਆ ਪੱਠੇ ਵੱਢ ਲਈਏ, ਅਤੇ ਅੱਜ ਬਣਨਾ ਵਾ ਸਾਗ। ਸਾਗ ਡੈਡੀ ਇੱਥੇ ਨਾ ਬਣਾ ਲਈਏ, ਆਹ ਦੇਖੋ ਗਾਇਸ ਕਿੰਨੀ ਸਫਾਈ ਕੀਤੀ ਮੋਟਰ 'ਤੇ, ਪਰ ਇੱਥੇ ਨਾ ਬਣ ਤਾਂ ਇੱਥੇ ਵੀ ਜਾਣਾ, ਲੱਕੜਾਂ ਵੀ ਹੈਗੀਆਂ ਕਿਉਂ। ਅਤੇ ਚਲੋ ਅੱਜ ਅਸੀਂ ਥੋੜ੍ਹਾ ਸਾਗ ਵੀ ਲਿਜਾਣਾ ਵਾ ਘਰੇ, ਸਾਗ ਬਣਾਉਣਾ ਵਾ, ਅਤੇ ਨਾਲੇ ਹੁਣ ਪੱਠੇ ਲੈ ਜਾਈਏ। ਪਰਾਲੀ ਕੀ ਕਰਨੀ ਆ, ਪਨੀਰੀ ਝੋਨੇ ਦੀ ਪਨੀਰੀ ਲਈ ਸਾਂਭਣੀ ਆ। ਅੱਛਾ ਗੁੱਟੀਆਂ ਬੰਨਣ ਲਈ, ਹੈ ਨਾ। ਹਵਾ ਵਾਵਾ ਤੇਜ਼ ਚੱਲਣ ਡਈ ਹੈ ਨਾ, ਦੇਖੋ ਗਾਇਸ ਕਿੰਨਾ ਘੈਂਟ ਸੀਨ ਲੱਗਣ ਡਿਆ ਹੈ। ਗ੍ਰੀਨਰੀ ਦੇਖੋ ਪੂਰੀ ਘੈਂਟ ਲੱਗਦੀ ਪਈ ਹੈ। ਚਲੋ ਹੁਣ ਆਪਾਂ ਲਿਆਏ ਹਾਂ ਹਥਿਆਰ, ਦਾਤਰ, ਵੱਢ ਲਈਏ ਪੱਠੇ। ਅੱਜ ਮੈਂ ਪੱਠੇ ਤਾਂ ਵੱਢਦਾ ਹੀ ਪਿਆ ਡੈਡੀ, ਅੱਜ ਆਪਾਂ ਡੈਡੀ ਨੂੰ ਵਲੌਗ ਬਣਾਉਣ ਲਈ ਦਿੰਦੇ, ਇੱਦਾਂ ਜਿੱਦਾਂ ਮੈਂ ਨਹੀਂ ਬਣਾਉਣਾ ਪਿਆ ਇੱਧਰ, ਆਹ ਫਰੰਟ ਕੈਮਰਾ ਕਰਕੇ ਬਣਾ ਜਿਵੇਂ ਮੈਂ ਸਦਾ ਹੀ ਬਣਾਉਣਾ ਆਵੇ ਐਵੇਂ ਇੱਦਾਂ ਕਰ। ਹੁਣ ਬੋਲ ਬੋਲ ਕਾ ਕੁਛ ਕੁਛ ਵੀ ਕੁਛ ਵੀ ਬੋਲ, ਹਾਂ ਕੀ ਬੋਲਾਂ, ਬੋਲ ਕੇ ਦੱਸ ਵੀ ਕੀ ਲੈ। ਅਸੀਂ ਅੱਜ ਵਲੌਗ ਮੇਰੇ ਵਾਲੇ ਨਹੀਂ ਕਰਨਾ, ਮੈਂ ਤਾਂ ਰੋਜ਼ ਨਾਲੇ ਅਸੀਂ ਪੱਠੇ ਵੱਢਣ ਆਏ ਹਾਂ, ਤੁਸੀਂ ਕਰਨ ਵੱਢੂ, ਮੈਂ ਪੱਠੇ ਪਾਊਂਗਾ।
ਚੱਲ ਇੱਦਾਂ ਪੁੱਤਰ ਨੇ ਮੈਂ ਤੇ ਪਾਉਣੇ ਇਹਨੇ ਜੇ ਨਾ ਪਾਏ ਤੇ ਫਿਰ ਕੱਲ ਦੀ ਵੀ ਸਜ਼ਾ ਇਹਨੂੰ ਲੱਗ ਜੂਗੀ ਗੱਲ ਕਰ ਲਾ ਪੱਠਾ ਹੋਰ ਕੋਈ ਘੈਂਟ ਜੀ ਕਰ ਹਾਂ ਦੂਰ ਨਾਲੇ ਕਰ ਆਪਦੇ ਮੂੰਹ ਵੇਖ ਵਿੱਚ ਪੱਠੇ ਵੱਢ ਕੇ ਕੀ ਪੱਠੇ ਵੱਢ ਕੇ ਪੱਠੇ ਵੱਢ ਕੇ ਮੁੜ ਕੇ ਸਾਗ ਬਣਾਉਣਾ ਸਾਗ ਬਣਾਏਗਾ ਹਾਂ ਬਾਲਣ ਚੱਲ ਕੇ ਬਾਲਣ ਤੇ ਬਣਾਉਣਾ ਸਾਗ ਚੁੱਲ੍ਹੇ ਦੇ ਉੱਤੇ ਚੁੱਲ੍ਹੇ ਦੇ ਉੱਤੇ ਸਾਗ ਬਣਾਉਣਾ ਨਾਲੇ ਪਤਾ ਲੱਗ ਜੂ ਜਿਸ ਕਾਰਨ ਕਿਹੋ ਜਿਹਾ ਸਾਗ ਬਣਾਉਂਦਾ ਮੈਂ ਨਹੀਂ ਬਣਾਉਣਾ ਜੇ ਵਧੀਆ ਬਣਿਆ ਤੇ ਅਸੀਂ ਦੱਸਦੇ ਹਾਂ ਵਧੀਆ ਜੇ ਨਾ ਬਣਿਆ ਤੈਨੂੰ ਕਹਾਂਗੇ ਬਹੁਤ ਨੀ ਚੰਗਾ ਨੀ ਬਣਿਆ ਯਾਰ ਤੂੰ ਵੀ ਨਾਲ ਹਿੱਸਾ ਤਾਂ ਲੈਣਾ ਹੀ ਆ ਇੱਥੇ ਬਣਾ ਲਗੇ ਮੋਟਰ ਤੇ ਮੋਟਰ ਤੇ ਨਹੀਂ ਬਣੇਗਾ ਕਿਉਂਕਿ ਹਵਾ ਇੱਥੇ ਚੱਲਦੀ ਪਈ ਆ ਤੇ ਅਸੀਂ ਫਿਰ ਸ਼ਿਮਲਾ ਮਿਰਚਾਂ ਦਾ ਵੀ ਤੁਹਾਨੂੰ ਵਿਖਾਵਾਂਗੇ ਸ਼ਿਮਲਾ ਮਿਰਚ ਹੈ ਹਾਂ ਦੇਖ ਲਓ ਪਿੱਛੇ ਸ਼ਿਮਲਾ ਮਿਰਚ ਹੈ ਇਸ ਤਰ੍ਹਾਂ ਕਿੱਦਾਂ ਵਿਖਾਵਾਂ ਇਸ ਤਰ੍ਹਾਂ ਕਰਕੇ ਏਦਾਂ ਏਦਾਂ ਕੈਮਰਾ ਏਦਾਂ ਨਹੀਂ ਹਾਂ ਸ਼ਿਮਲਾ ਮਿਰਚ ਗੈਸ ਵੇਖੋ ਕਿੱਡੀ ਕਿੱਡੀ ਹੋ ਗਈ ਲੱਗੀ ਤੇ ਨਹੀਂ ਅਜੇ ਡੈਡੀ ਨਹੀਂ ਲੱਗੀ ਕੋਈ ਕਿੱਥੇ ਆ ਤੁਹਾਨੂੰ ਕਹੇ ਸ਼ਿਮਲਾ ਮਿਰਚ ਵਿਖਾਉਣੇ ਅੱਜ ਛੋਟੀ ਛੋਟੀ ਨਹੀਂ ਨਹੀਂ ਬੂਟੇ ਨਹੀਂ ਆ ਦੇਖੋ ਬਈ ਛੋਟੀ ਜੀ ਸ਼ਿਮਲਾ ਮਿਰਚ ਤੁਹਾਨੂੰ ਹੋਰ ਕੋਈ ਵੀ ਵਿਖਾਉਣੇ ਆ ਇੱਥੇ ਕਿੱਧਰ ਆ ਬੂਟਾ ਬਚਾ ਕੇ ਆਉਣਾ ਪਿਆ ਅੱਛਾ ਗਾਂ ਵੀ ਆ ਛੋਟਿਆਂ ਛੋਟਿਆਂ ਬੂਟਿਆਂ ਨੂੰ ਵੀ ਸ਼ਿਮਲਾ ਮਿਰਚ ਲੱਗਣ ਲੱਗ ਪਈ ਹੁਣ ਬੂਟੇ ਦੀ ਗਰੋਥ ਹੋਵੇ ਬੂਟੇ ਨੂੰ ਆਪਾਂ ਸਪਰੇ ਕਰਦੇ ਨਾ ਬੂਟੇ ਨੂੰ ਵੱਡਾ ਕਰਨਾ ਚੱਲ ਜਾਓ ਵਾਪਸ ਵੇਖੋ ਨੱਪ ਨੱਪ ਕੇ ਪੱਠੇ ਪਾਉਣੇ ਹੈ ਅੱਜ ਜਿਹੜੇ ਪੱਠੇ ਵੱਡੇ ਉਹ ਤੁਹਾਨੂੰ ਦਿਖਾ ਦਾ ਇੰਨੇ ਵੱਡੇ ਬਈ ਦੇਖੋ ਕਿੰਨਾ ਹੀ ਰੇੜਾ ਹਜੇ ਡੈਡੀ ਕਹਿੰਦਾ ਸੀ ਹੋਰ ਹੈ ਡੈਡੀ ਵੇਖ ਲਓ ਇੰਨੀਆਂ ਕਲੀ ਵੇਹਦੀਆਂ ਪਈਆਂ ਇੰਨੇ ਪੱਠੇ ਹੈ ਅੱਛਾ ਦੋ ਪੰਡਾ ਜੇ ਮੈਂ ਦਸ ਵੀ ਵੱਢ ਦਿੰਦਾ ਤਾਂ ਵੀ ਤਿੰਨ ਹੀ ਕਹਿਣਾ ਸੀ ਜਾਂ ਦੋ ਕਹਿਣਾ ਸੀ ਚਲੋ ਕੁਤਰੋ ਕੁਤਰੋ ਸਾਗ ਹੈ ਉੱਧਰ ਸਾਗ ਬਣਦਾ ਪਿਆ ਵਾ ਤਾਂ ਇੱਧਰ ਢਿੱਡਲ ਖੜਾ ਵਾ ਯਾਰ ਢਿੱਡ ਹੀ ਜ਼ਿਆਦਾ ਵੱਧ ਗਿਆ ਨਾ ਚਲੋ ਬੈਕ ਨੂੰ ਕਿੱਕ ਬੈਕ ਕਿੱਕ ਮਾਰਦਾ ਬਈ ਆ ਬੈਕ ਇਹ ਗਧਾ ਵਾ ਕੇ ਫਿਰ ਬੱਦਲ ਵੇਖੋ ਗੱਜਣ ਡਿਆ ਫੁੱਲ ਹੈ ਮੀਂਹ ਮੈਨੂੰ ਲੱਗਦਾ ਪੈਣਾ ਵਾ ਉੱਤੇ ਬੱਦਲ ਹੀ ਬੜਾ ਆ ਗਿਆ ਦੇਖੋ ਚੜਕੇ ਤੇ ਗੱਜਦਾ ਪਿਆ ਤੇ ਬੀਬੀ ਇੱਥੇ ਬੈਠੀ ਹੋਰ ਬੀਬੀ ਕੌਣ ਚੰਗੇ ਆ ਲਾਪਰੀ ਹੁਣੀ ਆ ਜਾਣੇ ਅੱਜ ਅੰਦਰ ਬੰਨ ਡਿਆ ਸਾਗ ਕੁੱਕਰ ਚ ਤੇ ਕਿਸੇ ਟਾਈਮ ਆਪਾਂ ਬਣਾਵਾਂਗੇ ਹਵਾ ਬਹੁਤ ਚੱਲਦੀ ਪਈ ਉੱਦਾਂ ਆਪਾਂ ਬਾਹਰ ਹੀ ਬਣਾ ਲੈਣਾ ਸੀ ਹਵਾ ਹੁਵਾ ਦਾ ਕਰਕੇ ਫਿਰ ਅੰਦਰ ਹੀ ਬਣਾਉਣਾ ਪਿਆ ਚਲੋ ਬਈ ਮੀਂਹ ਪੈਣ ਲੱਗ ਪਿਆ ਦੇਖੋ ਨਿੱਕੀਆਂ ਨਿੱਕੀਆਂ ਕਣੀਆਂ ਖਿਣ ਮਿਣ ਵੇਖੋ ਕਿੰਨੀ ਪਈ ਹਨਾ ਤੇ ਹੁਣ ਆਪਾਂ ਟਰੈਕਟਰ ਢੱਕ ਦਈਏ ਰਾਹ ਲਾ ਦੇਣਾ ਸੀ ਉੱਪਰੋਂ ਕਾਂ ਜਿਹਾ ਇਹਦਾ ਸਲੰਸਰ ਚੱਲ ਚੱਲ ਚਲੋ ਚਲੋ ਲੈ ਕਿਵੇਂ ਗਈ ਮਤਲਬ ਅੱਜ ਦਾ ਤਾਂ ਪਤਾ ਨਹੀਂ ਹਨਾ ਵੈਸੇ ਤਾਂ ਅੱਜ ਵੀ ਪੈਣ ਡਿਆ ਮੀਂਹ ਕੱਲ੍ਹ ਦਾ ਤਾਂ ਗਏ 90% ਆ ਦੇਖੋ ਘੈਂਟ ਮੌਸਮ ਬਣਿਆ ਪਿਆ ਫੁੱਲ ਵੈਸੇ ਬਿਜਲੀ ਬਿਜਲੀ ਡੈਡੀ ਲਿਚਕਣ ਡਈ ਵੇਖੀ ਧਿਆਨ ਨਾ ਹਾਂ ਹਾਂ ਕੋਈ ਨਹੀਂ ਬਸ ਗੰਨੇ ਵੀ ਉਹ ਵੇਖ ਰੋਹ ਰੂਹ ਕਢਾਵਾਂਗੇ ਜੇ ਟਾਈਮ ਲੱਗਾ ਤਾਂ ਹਾਂ ਉੱਧਰ ਸ਼ਾਇਦ ਮੀਂਹ ਪੈਂਦਾ ਹੋਵੇ ਪਰਲੇ ਪਾਸੇ ਅਤੇ ਲਿਚਕਣ ਡਿਆ ਫੁੱਲ ਬਾਕੀ ਜਦੋਂ ਵੀਡੀਓ ਬਣਾਈਆਂ ਉਦੋਂ ਨਹੀਂ ਲਿਚਕਦਾ ਅੱਗੋਂ ਪਿੱਛੋਂ ਲਿਚਕ ਜਾਂਦਾ ਤਾਂ ਅਸੀਂ ਸੋਚਿਆ ਵੀ ਮੀਂਹ ਜ਼ਿਆਦਾ ਨਾ ਹੋ ਜਾਵੇ ਵੀ ਦੋ ਦਿਨਾਂ ਦੀ ਆਪਾਂ ਤੂੜੀ ਲੈ ਹੀ ਜਾਈਏ ਕੱਲ੍ਹ ਵੀ ਮੀਂਹ ਆ ਅਤੇ ਅਸੀਂ ਤੂੜੀ ਲੈਣ ਆਏ ਸੀ ਚੱਲ ਭਰ ਗਈ ਮੈਂ ਬਹੁਤ ਆ ਹਾਏ ਹੈਗੀ ਵੀ ਆ ਘਰੇ ਕਹਿ ਦੋ ਬੱਦਲ ਬਹੁਤ ਆ ਗਿਆ ਵਾ ਬੀਬੀ ਬੱਦਲ ਤਾਂ ਜ਼ਿਆਦਾ ਆ ਗਿਆ ਇਹਨਾਂ ਨੇ ਤਾਂ ਕੁਛ ਵੀ ਨਹੀਂ ਬਣਾਇਆ ਹਜੇ ਹਾਂ ਕੁਛ ਕਿੰਨਾ ਮੀਂਹ ਪੈਣ ਲੱਗ ਪਿਆ ਦੇਖੋ ਇੱਧਰ ਮੈਂ ਤਾਂ ਕਿਹਾ ਨਹੀਂ ਪੈਂਦਾ ਪਰ ਪੈਣ ਲੱਗ ਪਿਆ ਕੱਲ੍ਹ ਦਾ ਵੀ ਮੀਂਹ ਆ ਬਾਕੀ ਜੇ ਅੱਜ ਪੈ ਗਿਆ ਕੱਲ੍ਹ ਫਿਰ ਨਾ ਹੀ ਪਵੇ ਫਿਰ ਬਾਕੀ ਦੇਖੋ ਥਾਂ ਮਿੰਟੋ ਮਿੰਟ ਗਿੱਲਾ ਹੋ ਗਿਆ ਉਹ ਮੱਲਾਂ ਵਾਲੇ ਆ ਗਏ ਆ
ਚਲੋ ਗਾਇਸ, ਮੈਂ ਲੈਣ ਆਇਆ ਸੀਗਾ ਮੱਕੀ ਦਾ ਆਟਾ, ਪਰ ਨਹੀਂ ਮਿਲ ਪਾਇਆ। ਸਾਗ ਸੂਗ ਲੋਕ ਬਣਾਉਣਾ ਘੱਟ ਗਏ ਆ, ਤਾਂ ਕਰਕੇ ਫਿਰ ਮੱਕੀ ਦਾ ਆਟਾ ਮਿਲਿਆ ਹੀ ਨਹੀਂ। ਤੇ ਚਲੋ ਵਾਪਸ ਚੱਲਦੇ ਆ, ਹੁਣ ਦੂਸਰੀਆਂ ਰੋਟੀਆਂ ਲਾਵਾਂਗੇ। ਹਾਂਜੀ, ਅਸੀਂ ਚੱਲੇ ਮੱਕੀ ਦਾ ਆਟਾ ਲੈਣ। ਸਾਗ ਬਣਾਇਆ, ਸਾਗ ਕਾਹਦਾ ਬਣਾਇਆ ਆਪਾਂ? ਬਾਥੂ ਦਾ, ਬਾਥੂ ਪਾਲਕ, ਮੇਥੇ, ਮੇਥੀ ਸਾਗ ਬਣੂਗਾ ਵਧੀਆ। ਤੇ ਮੱਕੀ ਦਾ ਆਟਾ ਲਿਆ, ਉਹਦੇ ਨਾਲ ਖਾਵਾਂਗੇ ਆਪਾਂ ਰੋਟੀਆਂ, ਠੀਕ ਆ? ਚਲੋ ਗਾਇਸ, ਉੱਥੋਂ ਨਹੀਂ ਮਿਲਿਆ ਸੀ ਮੱਕੀ ਦਾ ਆਟਾ, ਇਸ ਕਰਕੇ ਅਸੀਂ ਦੂਸਰੇ ਪਿੰਡ ਲੈਣ ਚੱਲੇ ਆ, ਸ਼ਾਇਦ ਉਧਰੋਂ ਮਿਲ ਜਵੇ। ਪੱਕਾ ਨਾਲੇ ਮੱਖਣੀ ਲਿਆਵਾਂਗੇ। ਗਾਇਸ, ਪਸੰਦ ਪਤਾ ਕਿਹਨੂੰ ਮੱਕੀ ਦੀਆਂ ਰੋਟੀਆਂ? ਡੈਡੀ ਨੂੰ ਸਪੈਸ਼ਲ, ਮੈਨੂੰ ਫੇਰ ਡੈਡੀ ਮਗਰ ਬਹਿ ਕੇ ਚੱਲਿਆ ਵੀ ਉਧਰੋਂ ਆਪਾਂ ਨੂੰ ਮਿਲ ਜੂ। ਹੁਣ ਆਏ ਤਾਏ ਘਰੇ ਤਾਂ ਆਟਾ ਮਿਲ ਗਿਆ ਸੀ ਚੱਕੀ ਤੋਂ। ਓ ਵੇ ਆਟਾ, ਚਲੋ ਹੁਣ ਚੱਲੇ ਲੈ ਕੇ। ਡੈਡੀ ਸਾਗ ਕਾਹਦੇ? ਬੀਬੀ ਨੇ ਵਾਧੂ ਲਾਇਆ ਆ। ਹੈਂ, ਆਹ ਦੇਖੋ ਗਾਇਸ, ਸਾਗ ਬਹੁਤ ਆ, ਸਗੋਂ ਇੱਥੋਂ ਵੀ ਲਿਜਾ ਸਕਦੇ। ਅੱਜ ਦੋ ਤਰ੍ਹਾਂ ਦੀਆਂ ਰੋਟੀਆਂ ਪੱਕਣਗੀਆਂ, ਹਨਾ, ਦੂਸਰੀਆਂ ਵੀ ਤਾਂ ਮੱਕੀ ਵਾਲੀਆਂ ਵੀ। ਮੌਸਮ ਦੇਖੋ ਕਿੱਡਾ ਘੈਂਟ ਆ, ਤੇ ਇੱਥੇ ਆਪਾਂ ਲੈ ਚੱਲੇ ਹਾਂ। ਕੀ ਆ ਡੈਡੀ ਤੇਰੇ ਕੋਲ? ਮੱਕੀ ਦਾ ਆਟਾ, ਹੋਰ ਦੂਜਾ ਹੋਰ ਤੁਹਾਨੂੰ ਦੱਸਣਾ, ਆਟੇ ਆ ਦਾਤੇ ਦੇਣੇ ਆ। ਅੱਛਾ, ਚਲੋ ਹੁਣ ਆਪਾਂ ਘਰੇ ਚੱਲ ਜਾਈਏ। ਆ ਵਿਊ ਦੇਖੋ ਬਈ, ਕਿੰਨਾ ਗਿੱਲਾ ਆਇਆ ਹੋਇਆ ਥਾਂ ਨਾ, ਮੀਂਹ ਨਾ, ਤੇ ਉੱਤੋਂ ਘੈਂਟ ਸੀਗ ਬਣਿਆ ਹੋਇਆ ਬਈ। ਬਈ ਆਟਾ ਲੈ ਆਂਦਾ ਵਾ, ਤੇ ਇੱਧਰ ਦੇਖੋ ਥਾਂ ਸੁੱਕ ਚੁੱਕਾ, ਮੀਂਹ ਪੈ ਕੇ ਹਟ ਗਿਆ, ਸਫਾਈ ਹੋ ਗਈ, ਚਲੋ ਧੋਤਾ ਗਿਆ। ਬਸ ਮੀਂਹ ਬਹੁਤ ਤੇਜ਼ ਹੋ ਗਿਆ, ਰਾਤ ਪੈ ਗਈ ਆ, ਤੇ ਪਰਲੇ ਅੰਦਰ ਬਣਦਾ ਪਿਆ, ਪਰਲੇ ਰਸੋਈ 'ਚ ਸਾਗ, ਤੇ ਇੱਧਰ ਉੱਧਰ ਜਾਣਾ ਵੀ ਔਖਾ ਹੋਇਆ ਪਿਆ, ਛਤਰੀ ਲੱਭਣ ਨਹੀਂ ਰਹੀ ਕਿਤੇ। ਉੱਤੋਂ ਦੇਖੋ ਪਾਣੀ, ਲਾਈਟ ਗਈ ਹੋਈ ਆ, ਤਾਂ ਹਨੇਰਾ ਹੀ ਹਨੇਰਾ। ਬਸ ਮੈਂ ਨਾ ਫਲੈਸ਼ ਜਗਾਈ ਮੋਬਾਈਲ ਦੀ, ਇੱਥੇ ਬਣਿਆ ਸਾਗ, ਮੰਮੀ ਹੋਣੀ ਦੇਖੋ ਰੋਟੀ ਦੇ ਉੱਤੇ ਸਾਗ ਪਾ ਕੇ ਖਾਂਦੇ ਪਏ ਆ, ਤੇ ਬਾਹਰ ਤਾਂ ਗੱਲ ਸਲਾਪਰੀ ਹੋਣੀ, ਹਜੇ ਵੀ ਨਹੀਂ ਆਏ, ਤੇ ਮੀਂਹ ਪੈਂਦਾ ਪਿਆ ਬੜਾ, ਬਾਹਰ ਤਾਂ ਬੱਦਲ ਗੱਜਣ ਡਿਆ ਵਾ, ਤੇ ਲਾਈਟ ਗਈ ਹੋਈ, ਕੁਛ ਨਹੀਂ ਦੀਦਾ ਪਿਆ। ਬਾਕੀ ਹੁਣ ਮੈਂ ਵੀ ਰੋਟੀ ਖਾ ਲਾਂ ਇੱਥੇ, ਤੇ ਘੈਂਟ ਮੰਮੀ ਬਣਾਇਆ ਸਾਗ। ਹੁਣ ਇੱਥੇ ਸਾਗ ਆ ਦਹੀਆਂ ਨਾਲ, ਟਮਾਟਰ ਆ, ਤੇ ਨਾਲ ਮੈਂ ਰੋਟੀ ਖਾਣ ਲੱਗਾ ਹੁਣ। ਚਲੋ ਆਪਾਂ ਖਾਈਏ ਹੁਣ। ਹੁਣ ਮੈਂ ਤੁਹਾਨੂੰ ਟੇਸਟ ਦੱਸਦਾ, ਹਨੇਰਾ ਬਹੁਤ ਆ, ਉਹਦੇ ਲਈ ਚਲੋ ਆਪਾਂ ਕੁਛ ਕਰ ਨਹੀਂ ਸਕਦੇ ਕਿਉਂਕਿ ਲਾਈਟ ਵੀ ਗਈ ਹੋਈ ਆ, ਫਲੈਸ਼ ਮੋਬਾਈਲ ਦੀ ਜਗਦੀ ਪਈ ਆ। ਤੁਹਾਨੂੰ ਮੈਂ ਟੇਸਟ ਦੱਸਦਾ ਬਾਕੀ ਸਾਗ ਕਿੱਦਾਂ ਦਾ ਬਣਿਆ ਵਾ, ਵੀ ਕੈਮਰਾਮੈਨ ਹੈ ਨਹੀਂ ਆ। ਠੰਡਾ ਹੋ ਗਿਆ ਸਾਗ ਮੰਮੀ? ਠੰਡਾ ਹੋ ਗਿਆ, ਚਿਰ ਹੋ ਗਿਆ ਨਾ ਬਣੇ, ਤੁਰਕਾ ਲਾਇਆ ਲਾਤਾ ਤੁਰਕਾ, ਓਦਾਂ ਸਵਾਦ ਆ, ਜੇ ਗਰਮ ਹੋਵੇ ਤੇ ਵਧੀਆ ਹੋਰ ਲੱਗਣਾ। ਗਰਮ ਕਰ ਲੈਂਦੇ ਆ। ਚਲੋ ਗਾਇਸ, ਨੂੰ ਕੀ ਵਲੌਗ ਬਣਾਉਣਾ, ਵਲੌਗ ਦਾ ਆਪਾਂ ਐਂਡ ਹੀ ਕਰਦੇ। ਜੇ ਤੁਹਾਨੂੰ ਵਧੀਆ ਲੱਗਾ ਵਲੌਗ, ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਾਂਗੇ ਅਗਲੇ ਵਲੌਗ ਦੇ ਵਿੱਚ, ਬਾਏ।